ਜੈਸਨ ਮਹਾਰਾਜ ਇੱਥੇ ਵੇਖੋ ਰੋੜੇ ਕਿੱਦਾਂ ਕੀ ਕੁਝ ਕੀਤਾ ਇਹਨਾਂ ਨੇ। ਹਾਂਜੀ ਬਾਬੇ ਰਾਜੂ, ਘਟਨਾ ਵਾਪਰੀ ਕੀ ਕਹਿਣਾ ਚਾਹੁੰਦੇ ਹੋ? ਵੇਖੋ ਜੀ, ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਦਾਸ ਨੂੰ ਗੁਰਜੀਤ ਸਿੰਘ ਵੱਲੋਂ ਰਾਤ ਨੂੰ 10:30 ਫੋਨ ਗਿਆ ਹੈ ਕਿ ਬਾਬਾ ਜੀ ਗੁਰਦੁਆਰਾ ਸਾਹਿਬ 'ਤੇ ਹਮਲਾ ਹੋ ਗਿਆ ਵਾ, ਬੜੀ ਜ਼ਿਆਦਾ ਬੇਅਦਬੀ ਹੋ ਰਹੀ ਆ, ਅਤੇ ਤੁਸੀਂ ਪੁਲਿਸ ਮੁਲਾਜ਼ਮਾਂ ਦੇ ਨਾਲ ਇਨਫੋਰਮ ਕਰੋ ਅਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਭੇਜੋ। ਅਤੇ ਦਾਸ ਨੇ ਫਿਰ 112 ਨੰਬਰ ਦੇ ਉੱਤੇ ਜਿਸ ਵੇਲੇ ਫੋਨ ਕੀਤਾ ਅਤੇ ਉਹਨਾਂ ਕੰਟੈਕਟ ਕਰਨ 'ਤੇ ਪੁਲਿਸ ਪਾਰਟੀ ਜਲਦੀ ਹੀ ਇੱਥੇ ਭੇਜ ਦਿੱਤੀ। ਠੀਕ ਹੈ। ਅਤੇ ਪੁਲਿਸ ਪਾਰਟੀ ਨੂੰ ਵੇਖ ਕੇ ਫਿਰ ਇਹ ਜਿਹੜੇ ਬੰਦੇ ਨੇ ਕੋਠੇ ਤੋਂ ਥੱਲੇ ਆਣ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ, ਅਤੇ ਇਹਨਾਂ ਨੇ ਬਹੁਤ ਹੀ ਘੋਰ ਪਾਪ ਕੀਤਾ ਹੈ, ਸਾਡੇ ਗੁਰੂ ਘਰ ਦੀ ਬੇਅਦਬੀ ਕੀਤੀ ਹੈ, ਅਤੇ ਇਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਸਵੇਰੇ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਕੀ ਹਾਲਾਤ ਵੇਖੇ ਤੇ? ਮੈਂ ਹਾਲਾਤ ਵੇਖੇ ਤੇ ਬਹੁਤ ਦਰਦਨਾਕ ਹਾਲਾਤ ਸਨ। ਇੱਟਾਂ ਵੱਟੇ ਚਫੇਰੇ ਖਿਲਦੇ ਪਏ ਸਨ, ਅਤੇ ਗੁਰਦੁਆਰਾ ਸਾਹਿਬ ਦੇ ਜੋ ਬਾਥਰੂਮ ਦੇ ਗੇਟ ਅਤੇ ਸ਼ੈੱਡ ਸਨ, ਉਹਨਾਂ ਦੇ ਉੱਤੇ ਇੱਟਾਂ ਮਾਰੀਆਂ ਗਈਆਂ। ਇਹ ਕੌਣ ਲੋਕ ਸਨ? ਇਹ ਲੋਕ ਕ੍ਰਿਸ਼ਨ ਭਾਈਚਾਰੇ ਦੇ ਨਾਲ ਬਿਲੋਂਗ ਕਰਦੇ ਨੇ। ਅਤੇ ਇਹਨਾਂ ਦੇ ਗੁਰਦੁਆਰਾ ਸਾਹਿਬ ਸੀਸੀ ਕੈਮਰੇ ਲੱਗੇ ਹੋਏ ਨੇ? ਹਾਂਜੀ ਲੱਗੇ ਜੀ। ਉਹਨਾਂ ਚਾਹੀਆਂ ਫੁੱਟ ਚਾਹੀਆਂ? ਹਾਂਜੀ, ਉਹਨਾਂ 'ਚੋਂ ਫੋਟੋ ਜਿਹੜੀਆਂ ਨੇ ਉਹ ਡਿਪਟੀ ਸਾਹਿਬ ਨੂੰ ਦੇ ਦਿੱਤੀਆਂ ਗਈਆਂ ਨੇ। ਪਿੰਡ ਨੋਟਪੁਰ ਵਿੱਚ 1/2/24 ਰਾਤ ਨੂੰ ਕੋਈ 11-12 ਕਰੀਬ ਦੋ ਕ੍ਰਿਸ਼ਨ ਬਰਾਦਰੀ ਦੇ ਆਪਸ 'ਚ ਪਰਿਵਾਰ ਸੀ, ਇਹ ਝਗੜੇ ਸੀ, ਇਹਨਾਂ ਦੇ ਆਪੋ ਵੱਟੋ ਵੱਟੀ ਹੋਏ ਸੀ। ਉਹਦੇ ਵੀ ਨਾਲ ਹੀ ਗੁਰਦੁਆਰਾ ਸਾਹਿਬ ਪਿੰਡ ਆ, ਉਹਨਾਂ ਗੁਰਦੁਆਰੇ ਦੇ ਨਾਲ ਵੀ ਉਹਨਾਂ ਵੀ ਨਾਲ ਇਨਵੋਲਵ ਕੀਤਾ, ਉਹਦੇ ਵਿੱਚ ਗੁਰਦੁਆਰੇ ਦੇ ਛੱਤ ਚੜ੍ਹੇ ਹੋਰ ਕੀਤਾ। ਹੁਣ ਗੁਰਦੁਆਰਾ ਦੀ ਕਮੇਟੀ ਵੱਲੋਂ ਹੁਣ ਦਰਖਾਸਤ ਪ੍ਰਾਪਤ ਹੋਈ ਹੈ, ਅਸੀਂ ਬੰਦੀ ਕਾਰਜ ਕਰਾਂਗੇ। ਕੋਈ ਅਰੈਸਟ ਕੋਈ ਹਾਲੇ ਤਾਂ ਅਸੀਂ ਮੌਕੇ 'ਤੇ ਹੈਗੇ ਹਾਂ, ਅਸੀਂ ਮੌਕੇ ਜਾਇਜ਼ਾ ਲੈ ਰਹੇ ਹਾਂ, ਅਤੇ ਇਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ, ਅਰੈਸਟ ਵੀ ਕਰਾਂਗੇ। ਕਾਰਵਾਈ ਸਰ ਕਿਹੜੀ? ਜੋ ਬੰਦੀ ਕਾਰਜ ਕਰਾਂ ਕਾਨੂੰਨ ਸਾਹਿਬ।